ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ 'ਤੇ। ਪੰਜਾਬ ਪੁਲਿਸ ਭਰਤੀ ਕਾਂਸਟੇਬਲ ਪ੍ਰੀਖਿਆ ਹਿਸਟਰੀ ਆਫ ਪੰਜਾਬ ਯਾਨੀ ਕਿ ਪੰਜਾਬ ਦਾ ਇਤਿਹਾਸ ਅਗਲਾ ਭਾਗ ਲੈ ਕੇ ਆਏ ਹਾਂ। ਪ੍ਰਸ਼ਨ ਨੰਬਰ 107 ਤੋਂ 123 ਤੱਕ ਮੋਸਟ ਇੰਪੋਰਟੈਂਟ MCQ ਕੁਐਸਚਨ ਆਨਸਰ ਨੇ। ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ, ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਸੋ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਆਲ 'ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਨਵੇਂ ਪ੍ਰਸ਼ਨ ਉੱਤਰਾਂ ਦੇ ਵੀਡੀਓ ਦੀ ਅਪਡੇਟ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ 108 ਨੰਬਰ ਪ੍ਰਸ਼ਨ ਨੰਬਰ ਤੋਂ ਸਟਾਰਟ ਕਰਾਂਗੇ। ਦੁੱਲਾ ਭੱਟੀ ਕਿਹੜੇ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ? ਤਾਂ ETT ਦਾ ਐਗਜ਼ਾਮ ਹੋਇਆ ਸੀ, ਇਹਦੇ ਵਿੱਚ ਕੁਐਸਚਨ ਇਹ ਪੁੱਛਿਆ ਗਿਆ, ਜਹਾਂਗੀਰ, ਸ਼ਾਹਜਹਾਂ, ਅਕਬਰ ਜਾਂ ਫਿਰ ਔਰੰਗਜ਼ੇਬ ਦੇ ਸਮੇਂ? ਤਾਂ ਇਹਦਾ ਆਨਸਰ ਆਏਗਾ ਜੀ ਅਕਬਰ ਦੇ ਸਮੇਂ, ਆਪਸ਼ਨ ED। ਦੁੱਲਾ ਭੱਟੀ ਸੀ ਜਿਹੜਾ ਅਕਬਰ ਮੁਗਲ ਬਾਦਸ਼ਾਹ ਦੇ ਸਮੇਂ ਜਾਂ ਅਕਬਰ ਬਾਦਸ਼ਾਹ ਦਾ ਸਮਕਾਲੀ ਸੀਗਾ। ਅਗਲਾ ਪ੍ਰਸ਼ਨ ਹੈ, ਪੰਜਾਬ ਵਿੱਚੋਂ ਮੁਗਲ ਸਾਮਰਾਜ ਦਾ ਪਤਨ ਕਦੋਂ ਹੋਇਆ ਸੀ? ਇਹ ਸਦੀਆਂ ਦਿੱਤੀਆਂ ਨੇ 16ਵੀਂ ਸਦੀ, 17ਵੀਂ ਸਦੀ, 18ਵੀਂ ਸਦੀ ਜਾਂ ਫਿਰ 19ਵੀਂ ਸਦੀ? ਤਾਂ ਇਹ ਹੋਇਆ ਸੀਗਾ ਜੀ ਆਪਸ਼ਨ ED, 18ਵੀਂ ਸਦੀ ਦੇ ਵਿੱਚ ਪੰਜਾਬ ਵਿੱਚੋਂ ਮੁਗਲ ਸਾਮਰਾਜ ਦਾ ਪਤਨ ਹੋਇਆ ਸੀ। ਪੰਜਾਬ 'ਤੇ ਹਮਲਾ ਕਰਨ ਵਾਲਾ ਆਖਰੀ ਮੁਸਲਿਮ ਸ਼ਾਸਕ ਕੌਣ ਸੀਗਾ? ਬਾਬਰ, ਸ਼ੇਰਸ਼ਾਹ ਸੂਰੀ, ਅਹਿਮਦ ਸ਼ਾਹ ਅਬਦਾਲੀ ਜਾਂ ਫਿਰ ਨਾਦਰ ਸ਼ਾਹ? ਤਾਂ ਪੰਜਾਬ 'ਤੇ ਹਮਲਾ ਕਰਨ ਵਾਲਾ ਆਖਰੀ ਸ਼ਾਸਕ ਸੀਗਾ ਜਿਹੜਾ, ਉਹ ਅਹਿਮਦ ਸ਼ਾਹ ਅਬਦਾਲੀ ਸੀਗਾ। ਆਪਸ਼ਨ ED ਸਾਡਾ ਆਨਸਰ ਆਏਗਾ। ਪੰਜਾਬ 'ਤੇ ਹਮਲਾ ਕਰਨ ਵਾਲਾ ਪੁੱਛਿਆ ਗਿਆ ਇਹਦੇ ਵਿੱਚ। ਅਗਲਾ ਪ੍ਰਸ਼ਨ ਹੈ, ਨਾਦਰ ਸ਼ਾਹ ਨੇ ਪੰਜਾਬ 'ਤੇ ਕਦੋਂ ਹਮਲਾ ਕੀਤਾ ਸੀ? 1738, 1748, 1739 ਈਸਵੀ ਜਾਂ ਫਿਰ 1762 ਦੇ ਵਿੱਚ? ਤਾਂ ਨਾਦਰ ਸ਼ਾਹ ਨੇ ਪੰਜਾਬ 'ਤੇ ਜਿਹੜਾ ਹਮਲਾ ਸੀਗਾ ਉਹ 1738 ਦੇ ਵਿੱਚ ਕੀਤਾ ਸੀਗਾ। ਆਪਸ਼ਨ ਊੜਾ ਸਾਡਾ ਆਨਸਰ ਆਏਗਾ। ਨਾਦਰ ਸ਼ਾਹ ਕਿੱਥੋਂ ਦਾ ਸ਼ਾਸਕ ਸੀਗਾ? ਕਾਬੁਲ ਦਾ, ਈਰਾਨ ਦਾ, ਇਰਾਕ ਦਾ ਜਾਂ ਫਿਰ ਯੂਨਾਨ ਦਾ? ਤਾਂ ਨਾਦਰ ਸ਼ਾਹ ਸੀਗਾ ਜਿਹੜਾ ਈਰਾਨ ਦਾ ਸ਼ਾਸਕ ਸੀਗਾ। ਆਪਸ਼ਨ ਆੜਾ ਸਾਡਾ ਆਨਸਰ ਆਏਗਾ। ਨਾਦਰ ਸ਼ਾਹ ਦੇ ਹਮਲੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ? ਜਈਆ ਖਾਂ, ਅਬਦੁਲ ਸਮਦ ਖਾਂ, ਮੀਰ ਮੰਨੂ ਜਾਂ ਫਿਰ ਜਕਰੀਆ ਖਾਂ? ਤਾਂ ਉਸ ਸਮੇਂ ਪੰਜਾਬ ਦਾ ਸੂਬੇਦਾਰ ਸੀ ਜਿਹੜਾ ਉਹ ਜਕਰੀਆ ਖਾਂ ਸੀਗਾ। ਨਾਦਰ ਸ਼ਾਹ ਦੇ ਹਮਲੇ ਸਮੇਂ ਪੰਜਾਬ ਦਾ ਸੂਬੇਦਾਰ ਜਕਰੀਆ ਖਾਂ। ਆਪਸ਼ਨ 6 ਸਾਡਾ ਆਨਸਰ ਆਏਗਾ। ਅਗਲਾ ਕੁਐਸਚਨ ਹੈ, ਦੁਰਾਨੀ ਵੰਸ਼ ਦਾ ਸੰਸਥਾਪਕ ਕੌਣ ਸੀਗਾ? ਬਾਬਰ, ਸ਼ੇਰਸ਼ਾਹ ਸੂਰੀ, ਅਹਿਮਦ ਸ਼ਾਹ ਅਬਦਾਲੀ ਜਾਂ ਫਿਰ ਨਾਦਰ ਸ਼ਾਹ? ਤਾਂ ਉਹ ਸੀਗਾ ਜੀ ਆਪਸ਼ਨ ED, ਅਹਿਮਦ ਸ਼ਾਹ ਅਬਦਾਲੀ ਦੁਰਾਨੀ ਵੰਸ਼ ਦਾ ਸੰਸਥਾਪਕ ਸੀਗਾ। ਅਗਲਾ ਪ੍ਰਸ਼ਨ ਹੈ, ਅਹਿਮਦ ਸ਼ਾਹ ਅਬਦਾਲੀ ਕਿੱਥੋਂ ਦਾ ਸ਼ਾਸਕ ਸੀਗਾ? PPSC ਦੇ ਐਗਜ਼ਾਮ ਵਿੱਚ ਇਹ ਕੁਐਸਚਨ ਆਇਆ ਹੋਇਆ, ਈਰਾਨ ਦਾ, ਅਫਗਾਨਿਸਤਾਨ ਦਾ, ਕਾਬੁਲ ਦਾ ਜਾਂ ਫਿਰ ਬਲੋਚਿਸਤਾਨ ਦਾ? ਤਾਂ ਅਹਿਮਦ ਸ਼ਾਹ ਅਬਦਾਲੀ ਸੀ ਜਿਹੜਾ ਅਫਗਾਨਿਸਤਾਨ ਦਾ ਸੀ। ਆੜੇ 'ਤੇ ਟ੍ਰਿਕ ਯਾਦ ਰੱਖ ਸਕਦੇ ਹੋ, ਆੜੇ 'ਤੇ ਅਹਿਮਦ ਸ਼ਾਹ ਅਬਦਾਲੀ ਪੈਂਦਾ, ਆੜੇ 'ਤੇ ਅਫਗਾਨਿਸਤਾਨ ਪੈਂਦਾ। ਆਪਸ਼ਨ ਆੜਾ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅਹਿਮਦ ਸ਼ਾਹ ਅਬਦਾਲੀ ਭਾਰਤ ਦੇ ਪਹਿਲੇ ਹਮਲੇ ਦੌਰਾਨ ਪੰਜਾਬ ਦਾ ਸੂਬੇਦਾਰ ਕੌਣ ਸੀ? ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ 'ਤੇ ਪਹਿਲਾ ਹਮਲਾ ਕੀਤਾ ਸੀ, ਅਬਦੁਲ ਸਮਦ ਖਾਂ, ਜਈਆ ਖਾਂ, ਜਕਰੀਆ ਖਾਂ ਜਾਂ ਫਿਰ ਮੀਰ ਮੰਨੂ? ਤਾਂ ਉਸ ਸਮੇਂ ਪੰਜਾਬ ਦਾ ਸੂਬੇਦਾਰ ਸੀ ਜਿਹੜਾ ਜਈਆ ਖਾਂ ਸੀਗਾ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ 'ਤੇ ਆਪਣਾ ਪਹਿਲਾ ਹਮਲਾ ਕੀਤਾ ਸੀ। ਆਪਸ਼ਨ ਆੜਾ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਭਾਰਤ 'ਤੇ ਹਮਲੇ ਕਿਸ ਦੇ ਬੁਲਾਵੇ 'ਤੇ ਕੀਤੇ ਸੀ? ਮੀਰ ਮੰਨੂ ਦੇ, ਸ਼ਾਹਨਵਾਜ਼ ਖਾਂ ਦੇ, ਕਰਮੁਦੀਨ ਦੇ ਜਾਂ ਫਿਰ ਜਈਆ ਖਾਂ ਦੇ? ਤਾਂ ਇਹ ਕੀਤੀ ਗਈ ਸੀ ਜੀ ਸ਼ਾਹਨਵਾਜ਼ ਖਾਂ ਦੇ ਬੁਲਾਵੇ 'ਤੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ 'ਤੇ ਹਮਲੇ ਕੀਤੇ ਸੀਗੇ। ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ 'ਤੇ ਪਹਿਲਾ ਹਮਲਾ ਕਦੋਂ ਕੀਤਾ ਸੀ? 1739 ਦੇ ਵਿੱਚ,
1747 ਦੇ ਵਿੱਚ, ਤਾਂ ਇੱਥੇ 1759 ਹੈ, 53 ਨਹੀਂ ਹੈ, ਜਾਂ ਫਿਰ 1769 ਦੇ ਵਿੱਚ, ਤਾਂ ਇਹ ਕੀਤਾ ਗਿਆ ਸੀਗਾ ਜੀ 1747 ਦੇ ਵਿੱਚ। ਅਹਿਮਦ ਸ਼ਾਹ ਅਬਦਾਲੀ ਦਾ ਉੱਤਰਾਧਿਕਾਰੀ ਕੌਣ ਸੀਗਾ? ਨਾਦਰ ਸ਼ਾਹ, ਤੈਮੂਰ ਸ਼ਾਹ, ਸ਼ਾਹ ਅਹਿਮਦ, ਜਾਂ ਫਿਰ ਅਮੀਰ ਖੁਸਰੋ? ਤਾਂ ਇਹਦਾ ਆਂਸਰ ਆਏਗਾ ਜੀ ਤੈਮੂਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਉੱਤਰਾਧਿਕਾਰੀ ਸੀਗਾ। ਆਪਸ਼ਨ ਆਡਾ ਸਾਡਾ ਆਂਸਰ ਆਏਗਾ। ਅੱਗੇ ਪੰਜਾਬ ਦੇ ਸੂਬੇਦਾਰਾਂ ਦਾ ਸਹੀ ਕ੍ਰਮ ਦੱਸਣਾ, ਪਹਿਲਾ ਕਿਹੜਾ ਸੀ, ਸੈਕਿੰਡ ਕਿਹੜਾ ਸੀ, ਥਰਡ ਕਿਹੜਾ ਸੀ, ਅਤੇ ਫੋਰਥ ਕਿਹੜਾ ਸੀਗਾ? ਸੋ ਇਹਦਾ ਆਂਸਰ ਆਏਗਾ ਜੀ ਸੱਸਾ। ਪਹਿਲਾ ਅਬਦੁਲ ਸਮਦ ਖਾਂ, ਫਿਰ ਜ਼ਕਰੀਆ ਖਾਂ, ਫਿਰ ਜ਼ਾਇਆ ਖਾਂ, ਫਿਰ ਮੀਰ ਬੰਨੂ। ਸੋ ਇਹ ਤੁਸੀਂ ਯਾਦ ਰੱਖਣੇ ਹੈ, ਸਹੀ ਕ੍ਰਮ ਹੈ ਇਹ ਆਪਸ਼ਨ ਸੱਸਾ। ਅਗਲਾ ਪ੍ਰਸ਼ਨ ਹੈ, ਮੀਰ ਦੀ ਉਪਾਧੀ ਕਿਸ ਨੂੰ ਦਿੱਤੀ ਜਾਂਦੀ ਸੀ? ਜਾਗੀਰਦਾਰ ਨੂੰ, ਸੈਨਿਕ ਨੂੰ, ਜ਼ਿਮੀਂਦਾਰ ਨੂੰ, ਜਾਂ ਫਿਰ ਕਾਰਦਾਰ ਨੂੰ? ਤਾਂ ਮੀਰ ਦੀ ਉਪਾਧੀ ਸੀ ਜਿਹੜੀ ਉਹ ਸੈਨਿਕ ਨੂੰ ਦਿੱਤੀ ਜਾਂਦੀ ਸੀ। ਆਪਸ਼ਨ ਆਡਾ ਸਾਡਾ ਆਂਸਰ ਆਏਗਾ। ਅਗਲਾ ਪ੍ਰਸ਼ਨ ਹੈ, ਪੰਜਾਬ ਦੇ ਕਿਹੜੇ ਸੂਬੇਦਾਰ ਸਮੇਂ ਸਿੱਖ ਧਰਮ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ? ਜਾਇਆ ਖਾਂ ਦੇ ਸਮੇਂ, ਅਬਦੁਲ ਸਮਦ ਖਾਂ ਸਮੇਂ, ਜਾਂ ਫਿਰ ਜ਼ਕਰੀਆ ਖਾਂ ਸਮੇਂ, ਜਾਂ ਫਿਰ ਮੀਰ ਮੰਨੂ ਦੇ ਸਮੇਂ? ਪੰਜਾਬ ਦੇ ਕਿਹੜੇ ਸੂਬੇਦਾਰ ਸਮੇਂ ਸਿੱਖ ਧਰਮ ਦੇ ਦੋ ਭਾਗ ਹੋਏ ਸੀਗੇ, ਇਹ ਕੁਐਸਚਨ ਪੁੱਛਿਆ ਗਿਆ। ਤਾਂ ਇਹਦਾ ਆਂਸਰ ਆਏਗਾ ਜੀ ਆਪਸ਼ਨ ਆੜਾ, ਅਬਦੁਲ ਸਮਦ ਖਾਂ ਦੇ ਸਮੇਂ ਹੈ ਜੋ ਸਿੱਖ ਧਰਮ ਹੈ ਜਿਹੜਾ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਅਗਲਾ ਪ੍ਰਸ਼ਨ ਹੈ, ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ 'ਤੇ ਕੁੱਲ ਕਿੰਨੇ ਹਮਲੇ ਕੀਤੇ? 6, 7, 8 ਜਾਂ ਫਿਰ 17? ਤਾਂ ਇਹ ਕੁਐਸਚਨ ਤੁਹਾਡੇ ਲਈ ਪੈਂਡਿੰਗ ਹੈ, ਇੱਕ ਛੱਡਿਆ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ 'ਤੇ ਕਿੰਨੇ ਹਮਲੇ ਕੀਤੇ ਸੀ? ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਸਹੀ ਆਂਸਰ ਹੈ, ਸਹੀ ਹਮਲੇ ਕਿੰਨੇ ਕਰੇ ਨੇ, 6 ਕਰੇ ਸੀ, 7 ਕਰੇ ਸੀ, 8 ਕਰੇ ਸੀ, ਜਾਂ ਫਿਰ 17 ਕਰੇ ਸੀ? ਤਾਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ, ਤਾਂ ਅਸੀਂ ਵੀ ਦੇਖਦੇ ਹਾਂ ਤੁਸੀਂ ਕਿੰਨੇ ਕੁ ਧਿਆਨ ਨਾਲ ਜਿਹੜੀ ਵੀਡੀਓ ਰੀਡ ਕਰਦੇ ਹੋ, ਕਿੰਨੇ ਕੁਐਸਚਨ ਤੁਹਾਨੂੰ ਯਾਦ ਹੁੰਦੇ ਆ ਜਾਂ ਨਹੀਂ ਹੁੰਦੇ। ਇਸ ਕਰਕੇ ਇੱਕ ਕੁਐਸਚਨ ਤੁਹਾਨੂੰ ਅਸੀਂ ਛੱਡ ਰਹੇ ਹਾਂ, ਤਾਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ। ਬਾਕੀ ਇਸ ਤੋਂ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ, ਲਿੰਕ ਨੇ ਜਿਹੜੇ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਬਾਕੀ ਜਲਦੀ ਅਗਲੀ ਮਹੀਨੇ ਤੋਂ ਜਿਹੜਾ ਕਹਿ ਰਹੇ ਨੇ ਅਪਲਾਈ ਹੋ ਜਾਏਗਾ ਪੰਜਾਬ ਪੁਲਿਸ ਦਾ। ਬਾਕੀ ਅੱਗੇ ਜੋ ਅਪਡੇਟ ਆਏਗੀ ਐਜੂਕੇਸ਼ਨ ਨਾਲ ਲੈ ਕੇ, ਵਕੈਂਸੀ ਨੂੰ ਲੈ ਕੇ, ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਹਾਂਗੇ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਭਾਗ ਵਿੱਚ, ਅਗਲੇ ਨਵੇਂ MCQ ਪ੍ਰਸ਼ਨਾਂ ਦੇ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।